ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਇਸ ਵੀਡੀਓ ਵਿੱਚ ਕੰਨਾ ਸਾਊਂਡ ਕਰਾਂਗੇ, ਟੂ ਲੈਟਰ ਕੰਨਾ ਵਰਡਸ। ਕੰਨੇ ਦੀ ਆ ਸਾਊਂਡ ਹੁੰਦੀ ਆ, ਆ ਆ ਲਾਈਕ ਜਸਟ ਲੌਂਗ ਆ ਸਾਊਂਡ। ਮੈਂ ਇੱਥੇ ਡਬਲ ਏ ਲਿਖਿਆ ਤਾਂ ਕਿ ਇਹ ਲੌਂਗ ਆਪਾਂ ਬੋਲੀਏ, ਨੋਟ ਜਸਟ ਆ, ਇਟਸ ਆ ਸਾਊਂਡ। ਓਕੇ, ਸੋ ਆਪਾਂ ਪ੍ਰੀਵੀਅਸ ਵੀਡੀਓ ਦੇ ਵਿੱਚ ਉੜੇ ਆੜੇ ਦੀ ਸਾਰੀ ਸਾਊਂਡ ਕਰ ਲਈ ਆ, ਦੈਟਸ ਵਾਈ ਮੈਂ ਇਹ ਪਹਿਲਾਂ ਲਿਖ ਲਿਆ ਆ। ਸੋ ਜੇ ਆਪਾਂ ਹੁਣ ਇਹਦੇ ਨਾਲ ਕੰਨਾ ਐਡ ਕਰਦੇ ਹਾਂ ਤਾਂ ਇਹਦੀ ਸਾਊਂਡ ਕੀ ਹੋਊਗੀ? ਲੈਟਸ ਸਟਾਰਟ ਦਿਸ। ਸੋ ਇਹ ਹੈਗਾ ਆੜਾ ਅ ਸਾਊਂਡ, ਕੰਨਾ ਪਾਤਾ ਕੀ ਬਣ ਗਿਆ? ਆ ਸਾਊਂਡ। ਸੱਸਾ ਸ, ਕੰਨਾ ਐਡ ਕਰਾਂਗੇ ਸਾ। ਹਾ ਹਾ ਹ ਸਾਊਂਡ, ਕੰਨਾ ਐਡ ਕੀਤਾ ਹਾ ਸਾਊਂਡ। ਕੱਕਾ ਕ, ਕੰਨਾ ਪਾ ਕੇ ਕਾ। ਇਹ ਹੈਗਾ ਖ, ਕੰਨਾ ਪਾ ਕੇ ਖਾ। ਗੱਗਾ ਗ ਐਂਡ ਆ, ਘੱਗਾ ਕਾ। ਚੱਚੇ ਕੰਨਾ ਚਾ, ਛੱਛੇ ਕੰਨਾ ਛਾ। ਡੱਡੇ ਕੰਨਾ ਡਾ। ਸੋ ਲੈਟਸ ਸੇ ਦੈਟ ਅਗੇਨ। ਆ ਵੀ ਮੈਂ ਕੰਨਾ ਪਾ ਦੇਣਾ ਆ, ਵੀ ਆਰ ਗੋਨਾ ਸੇ ਦਾ ਸਾਊਂਡ। ਦੀਸ ਵਨ ਯੂ ਕੈਨ ਰਾਈਟ ਡਾਊਨ ਬਾਈ ਯੋਰ ਸੈਲਫ ਔਨ ਯੋਰ ਨੋਟਬੁੱਕ, ਜਸਟ ਐਡ ਡਬਲ ਏ ਵਿਦ ਐਵਰੀਥਿੰਗ। ਓਕੇ, ਸੋ ਜਦੋਂ ਆਪਾਂ ਕੰਨਾ ਪਾਉਣਾ, ਇਹ ਲਾਈਨ ਹਾਫ ਤੱਕ ਚਾਹੀਦੀ ਆ, ਇੱਥੇ ਤੱਕ ਨਹੀਂ ਪਾਉਣੀ, ਹਾਫ ਵਰਡ ਦੇ ਹਾਫ ਤੱਕ। ਸੋ ਲੈਟਸ ਸੇ ਪਹਿਲਾਂ ਮੈਂ ਐਡੇ ਦੀ ਸਾਊਂਡ ਬੋਲਣੀ ਆ, ਫਿਰ ਆ ਬੋਲਣਾ। ਅ ਬਿਨਾ ਬਿਨਾ ਕੰਨੇ ਤੋਂ ਅ, ਆ, ਸ, ਸਾ, ਹ, ਹਾ, ਕ, ਕਾ, ਖ, ਖਾ, ਗਾ, ਕਾ, ਚਾ, ਸ਼ਾ, ਡਾ। ਸੋ ਬੇਸਿਕਲੀ ਐਡਿੰਗ ਆ ਸਾਊਂਡ। ਤਾ, ਥਾ, ਦਾ, ਪਾ, ਫਾ, ਬਾ, ਪਾ, ਮਾ, ਰਾ, ਲਾ। ਦਿਸ ਇਜ਼ ਵਟ ਵੀ ਕਾਲ ਮੁਹਾਰਨੀ, ਇਹ ਕੰਨਾਂ ਦੀ ਮੁਹਾਰਨੀ ਹੈ। ਸੋ ਲੈਟਸ ਸੇ ਫਿਊ ਵਰਡਸ ਨਾਓ। ਜਿਵੇਂ ਹੁਣ ਮੈਂ ਲਿਖਣਾ ਜਾਲ, ਜਾਲ ਲਿਖਣਾ, ਤੋ ਜੱਜੇ ਨਾਲ ਆ ਦੀ ਸਾਊਂਡ ਕਿਹੜੀ ਪੈਣੀ ਆ? ਜਾ, ਜੱਜੇ ਕੰਨਾ ਜਾ ਐਂਡ ਲੱਲਾ, ਜਾਲ। ਨੈਕਸਟ ਵਨ ਇਜ਼ ਹਾਲ, ਹਾ, ਲ, ਠੀਕ ਹੈ। ਤਾਰ, ਤੱਤੇ ਕੰਨਾ ਤਾ, ਰਾਰਾ ਤਾਰ। ਅਬਾਊਟ ਕਾਰ, ਕਾ, ਰ ਐਂਡ ਵਾਲ, ਵਾ, ਬੱਬੇ ਨਾ ਹੋਊਗਾ, ਬਾਲ ਹੋ ਜਾਣਾ। ਅਬਾਊਟ ਸ਼ਾਲ, ਸ਼ਸ਼ੇ ਕੰਨਾ ਸ਼ਾ, ਲੱਲਾ, ਸ਼ਾਲ, ਠੀਕ ਹੈ। ਜੇ ਆਪਾਂ ਲਿਖਣਾ ਜਾ, ਜਾਪ, ਅਬਾਊਟ ਦਿਸ, ਤਾਪ, ਐਡੇ ਕੰਨਾ ਕੀ ਆ? ਆ, ਪੱਪਾ, ਆਪ। ਆ, ਸ, ਇਹ ਹੈਗਾ ਮਿਡਲ ਵਿੱਚ ਜੇ ਕੰਨਾ ਆ। ਹੁਣ ਆਪਾਂ ਕਰਨਾ ਟਰਾਈ, ਜੇ ਦੋਨੋਂ ਕੰਨੇ ਆ, ਇੱਥੇ ਵੀ ਕੰਨਾ, ਇੱਥੇ ਵੀ ਕੰਨਾ। ਲੈਟਸ ਸੇ ਦਿਸ, ਦਾਦਾ, ਪਹਿਲਾਂ ਆਪਣਾ ਲਿਖ ਲਿਆ ਦਾ, ਦੈਨ ਅਨਦਰ ਦਾ, ਦਾਦਾ। ਸੇਮ ਥਿੰਗ, ਨਾ, ਨਾ, ਪਹਿਲਾਂ ਨਾ ਲਿਖੋ, ਨਾ, ਦੈਨ ਅਨਦਰ ਨੰਨਾ, ਕੰਨਾ, ਨਾਨਾ। ਓਕੇ, ਬਾਬਾ, ਪਹਿਲਾਂ ਬਾ, ਫਿਰ ਬਾ। ਚਾਚਾ, ਪਹਿਲਾਂ ਚੱਚੇ ਕੰਨਾ ਚਾ, ਫਿਰ ਚੱਚੇ ਕੰਨਾ ਚਾ, ਦੋਨੋਂ ਦੋਨੋਂ, ਠੀਕ ਹੈ। ਸੋ ਜੇ ਹੁਣ ਆਪਾਂ ਨੇ ਆਹ ਵਾਲੇ ਸੀਗੇ ਮਿਡਲ ਵਿੱਚ ਕੰਨਾ, ਆਹ ਹੈਗਾ ਦੋਨੋਂ ਕੰਨਾ। ਹੁਣ ਆਪਾਂ ਲਿਖਣਾ ਜੇ ਐਂਡ ਵਿੱਚ ਕੰਨਾ ਆ, ਲਾਈਕ ਹਰਾ, ਗ੍ਰੀਨ ਕਲਰ, ਹਰਾ। ਸੋ ਇਟਸ ਜਸਟ ਲਾਈਕ ਦਿਸ, ਹ ਪਾ ਕੇ ਫਿਰ ਰਾ ਪਾਉਣਾ। ਰਾ ਕਿਹੜਾ ਆ? ਦਿਸ ਵਨ, ਹ ਐਂਡ ਰਾ, ਹਰਾ, ਠੀਕ ਹੈ। ਪਤਾ, ਪ, ਤਾ, ਐਡਰੈਸ, ਪਤਾ। ਵਜਾ, ਕੋਈ ਚੀਜ਼ ਵਜਾਉਣੀ, ਵ ਐਂਡ ਜਾ। ਹੁਣ ਜਾ ਨੂੰ ਆ ਸਾਊਂਡ ਆ ਨਾ, ਇੱਥੇ ਨਹੀਂ ਹੈਗੀ ਜਾ, ਜਿੱਥੇ ਆ ਦੀ ਸਾਊਂਡ ਆ ਉੱਥੇ ਲਾਉਣਾ। ਕੜਾ, ਕ, ਕੜਾ, ਕੜਾ, ਕੜਾ ਜਿਹੜਾ ਆਪਾਂ ਪਾਉਂਦੇ ਹਾਂ, ਕ, ਕੜਾ। ਹੁਣ ਆ ਕੜਾ ਆ ਪੋਟ, ਇਹ ਹੈਗਾ ਆ ਵਾਲਾ ਕੜਾ, ਬ੍ਰੇਸਲੇਟ। ਭਰਾ, ਭੱਬਾ, ਰਾਰੇ ਕੰਨਾ, ਭਰਾ, ਠੀਕ ਹੈ। ਸੋ ਨਾਓ ਆਮ ਗੋਨਾ ਰੇਸ ਦੀਸ ਐਂਡ ਡੂ ਵਨ ਲਿਟਲ ਐਕਸਰਸਾਈਜ਼, ਉਹਦੇ ਤੋਂ ਤੁਹਾਨੂੰ ਪੂਰੀ ਕਲੈਰਿਟੀ ਸਮਝ ਆ ਜਾਣੀ ਹੈ। ਯੂ ਕੈਨ ਪੌਜ਼ ਦਾ ਵੀਡੀਓ ਐਂਡ ਰਾਈਟ ਆਲ ਦੀਸ ਵਰਡਸ ਔਨ ਯੂਰ ਨੋਟਬੁੱਕ।
So let's do this exercise, will help you. Let's say this is I'm going to use this one. Ek ya jo and lo jal je middle vich karna ya eh hai ga ja lo je dono karne ya phir hai ga ja and la jala je end vich karna ya eh hai ga jala so inu apa idda vi likh sakde ha hai ga j l jal eh hai ga jal j a a क्योंकि जिथे भी करना है उत्थे ए ए साउंड ओके जा एंड ल जाल आ हैगा जा फिर एनु भी है लल्ले नु भी है देन इट्स जाला दिस इज जस्ट ज इथे है नहींगा फिर लल्ले नु आ ये बन गया ज ला ठीक है लेट्स डू द अदर वन तर त र तर ठीक है जे इत्थे लिखिया की बनूगा ता तार जे इत्थे लिखता अपने दोनों च ता एंड रा तारा जे मुरे नहीं हैगा जस्ट त एंड रा त रा सो जल जाल जाला जला तर तार तारा ते तरा नेक्स्ट वन इज प र पर मिडल च की होगा पप्पे नु आ साउंड लाओ पार इथे की होगा पा एंड फिर रा पारा प रा करना परा दिस टू वन मोर मल म ल मल मिडल दे विच करना की बनूगा मम्मे नु आ दी साउंड मा ल माल इथे आ गया मा एंड लल्ले नु भी करना माला ये एंड ते फिर आ गया मला सी हाउ जस्ट लिटिल कन्ना मेक्स द ह्यूज डिफरेंस इना दे ऊपर भी जे तुसी लिखना तुसी लिख सकदे हो जिवें आ हैगा एम एल मल एम ए ए एल माल ए दोनों नु कन्ना लाउणा हुण एम ए ए एंड एल ए ए माला मला एम एल ए ए मोस्टली जिवें हुण माला आया जदों आपां इंग्लिश च सारे जणे लिखदे इदां लिख दिंदे एम ए एल दे But I always do this ताकि थोनू पता लग जावे कि यह लोंग आ साउंड आ हैगा मा आ हैगा ला ठीक है सो टुडे आई एम नॉट गोना गिव यू एनी सेंटेंसेस सो जस्ट ट्राई दिस बेसिकली दिस चैप्टर इज फॉर हाउ टू लर्न लाइक वट इज द कन्ना साउंड इट्स आ साउंड एंड जो यह मिडल चा की होंगे दोनों चे एंड दे सो माई नैक्सट वीडियो विल बी फॉर थ्री लैटर कन्ना वर्ड्स दिस इज फॉर लैवल टू ओनली सो लैवल थ्री लैटर थ्री लैटर वर्ड्स और फोर लैटर वर्ड्स नैक्सट वीडियो ओके जी दैट्स इट वाहेगुरू जी का खालसा वाहेगुरू जी की फतेह